कैनेडा के रक्षा मंत्री हरजीत सिंह सज्जन ने श्री हरिमंदर साहब के मत्था टेकिया गुरु का आशीर्वाद लिया। अज सवेरे ही हरजीत सिंह सज्जन जो है दरबार साहब पहुंच गए सन। इस दौरान सुरक्षा के कड़े इंतजाम किए गए सन। दरबार साहब च मत्था टेकते वेले हरजीत सिंह सज्जन एस जी पी सी ने सन्मानिया भी। तो दस दिए कि कल ही हरजीत सिंह सज्जन जो है गुरु नगरी अमृतसर पहुंचे सन। हरजीत सिंह भारत के 7 दिन के दौरे पर ने। इस दौरान हरजीत सिंह अपने जद्दी पिंड बंबे हाली भी जाएंगे। श्री हरिमंदर साहब च मत्था टेकन पहुंचे हरजीत सिंह सज्जन दी सचखंड हरिमंदर साहब दी फेरी दे दौरान खालिस्तान पक्षी नारे लगे। उत्थे ही इस तो पहला कल जदों सज्जन अमृतसर एयरपोर्ट पहुंचे तां उत्थे ही इस तरह दे नारे लगे सन। उत्थे जो इस संबंधी एस जी पी सी प्रधान कृपाल सिंह बड़ूंगड़ तो सवाल किया गया तो उन्होंने कहा कि उन्होंने इस बारे कुछ भी पता नहीं है, वो प्रोग्राम च मशरूफ सन। नाल ही उन्होंने कहा कि जेकर कुछ अजिहा हुआ है तो उस बारे पता करवाएंगे। वो मेरे नोट च नहीं है, असि अपने काम विच बिजी सी, मेरे उहदे नोट च नहीं है। जे नारे मेरा ख्याल नहीं किसी ने मारे, जे मारे तो उन्होंने पुछ सकदे हो, साडे कोई नोट च नहीं है। देखो मेरे कोई नोट च नहीं ऐसी गल है, तो ना भी कहना भी किसी ने परेशानी की है या कोई साजिश अधीन होया। जे किसी वीर नूं आउण जाण च कोई औख होई होवेगी मैं उहदा पता करा लांगा। ऐसी गल नहीं हुंदी। सरदार अमरिंदर सिंह पंजाब दे मुख्यमंत्री ने, वो क्यों चाहणगे पंजाब दे कोई गड़बड़ होवे। हर मुख्यमंत्री भावें सरदार प्रकाश सिंह बादल सन, सरदार कैप्टन अमरिंदर सिंह साहब ने, वो सारे चाहुंदे ने कि वो जदों चिर उहदा राज है उत्थे अमन कानून की स्थिति बनी रहे, गड़बड़ शड़बड़ ना हो, पीस रहे, अमन रहे, आपसी भाईचारा बने रहे। इस करके मैं नहीं कहता कि एक सरकार दी सरकार क्यों शासन करेगी। हरजीत सिंह सज्जन अमृतसर पहुंचदिया ही एक बार फिर तो पंजाब की धरती से खालिस्तान पक्षी नारे लगे। तुहानू दस दिए कि पंजाब के मुख्यमंत्री कैप्टन अमरिंदर सिंह ने हरजीत सिंह सज्जन से खालिस्तानी हमायती होने का इल्जाम ला के मिलन तो इनकार कर दिया। ਜਿਵੇਂ ਹੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਗੁਰੂ ਨਗਰੀ ਅੰਮ੍ਰਿਤਸਰ 'ਚ ਪੈਰ ਰੱਖਿਆ, ਉਸੇ ਵੇਲੇ ਅੰਮ੍ਰਿਤਸਰ ਦੀ ਫੀਜਾ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ। ਦਰਅਸਲ ਕਈ ਸਿੱਖ ਜਥੇਬੰਦੀਆਂ ਨੂੰ ਹਰਜੀਤ ਸਿੰਘ ਸੱਜਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਦੇ ਬਾਹਰ ਸਿੱਖਾਂ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਪੋਸਟਰ ਬੈਨਰ ਲੈ ਕੇ ਸਿੱਖ ਜਥੇਬੰਦੀਆਂ ਹਰਜੀਤ ਸਿੰਘ ਸੱਜਣ ਦੇ ਸਵਾਗਤ ਦੇ ਲਈ ਖੜੀਆਂ ਹੋ ਗਈਆਂ। ਪੋਸਟਰਾਂ 'ਚ ਹਰਜੀਤ ਸਿੰਘ ਸੱਜਣ ਨੂੰ ਸਿੱਖਾਂ ਦੇ ਹੀਰੋ ਦੇ ਤੌਰ ਤੇ ਦਰਸਾਇਆ ਗਿਆ। ਤਾਂ ਜਿਵੇਂ ਹੀ ਹਰਜੀਤ ਸਿੰਘ ਸੱਜਣ ਏਅਰਪੋਰਟ ਤੋਂ ਬਾਹਰ ਆਉਂਦੇ ਦਿਖਾਈ ਦਿੱਤੇ ਤਾਂ ਉਹਨਾਂ ਨੇ ਜ਼ੋਰ ਜ਼ੋਰ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇੱਕ ਹਾਈ ਕੋਰਟ ਇੱਕ ਸੁਪਰੀਮ ਕੋਰਟ ਕਹਿ ਰਿਹਾ ਵੀ ਖਾਲਿਸਤਾਨ ਮੰਗਣਾ ਜਿਹੜਾ ਇੱਕ ਜਾਇਜ਼ ਆ, ਵੀ ਮੰਗ ਆਪਣੀ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਣੀ ਤੁਸੀਂ ਕੋਈ ਗੱਲ ਕਰ ਸਕਦੇ ਜੇ, ਅਤੇ ਇਹ ਉਹਦੇ ਕਹਿੰਦੇ ਜੀ ਇਹ ਖਾਲਿਸਤਾਨੀ ਆ, ਅਸੀਂ ਇਹਨਾਂ ਨਾਲ ਗੱਲ ਹੀ ਨਹੀਂ ਕਰਦੇ, ਅਸੀਂ ਮਿਲਣਾ ਹੀ ਨਹੀਂ ਗਾ, ਪਰ ਅਸੀਂ ਸਿੱਖ ਭਰਾ ਸਾਰੇ ਜਿਹੜੀ ਸਿੱਖ ਕੌਮ ਆ ਅਸੀਂ ਉਹਨਾਂ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਤੋਂ ਇਲਾਵਾ ਖਾਲਿਸਤਾਨ ਦਾ ਸਮਰਥਨ ਕਰਨ ਵਾਲੀਆਂ ਕਈ ਹੋਰ ਸਿੱਖ ਜਥੇਬੰਦੀਆਂ ਵੀ ਏਅਰਪੋਰਟ ਦੇ ਬਾਹਰ ਪੋਸਟਰ ਬੈਨਰ ਲੈ ਕੇ ਖੜੀਆਂ ਹੋਈਆਂ ਸੀ। ਸਾਰਿਆਂ ਨੇ ਇੱਕ ਸੁਰ 'ਚ ਪੰਜਾਬ ਸਰਕਾਰ ਦਾ ਖੁੱਲ੍ਹ ਕੇ ਵਿਰੋਧ ਵੀ ਕੀਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਫੈਸਲੇ ਦੀ ਨਿੰਦਾ ਕੀਤੀ ਜਿਸ 'ਚ ਉਹਨਾਂ ਨੇ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ ਸਿੱਖ ਜਥੇਬੰਦੀਆਂ ਦੀ ਮੰਨੀਏ ਤਾਂ ਹਰਜੀਤ ਸਿੰਘ ਸੱਜਣ ਨੇ ਵਿਦੇਸ਼ੀ ਧਰਤੀ ਤੇ ਸਿੱਖ ਕੌਮ ਦੀ ਮਾਣ ਮਰਿਆਦਾ ਨੂੰ ਵਧਾਇਆ ਹੈ ਤੇ ਉਹ ਕੈਨੇਡਾ ਦੇ ਰੱਖਿਆ ਮੰਤਰੀ ਬਣੇ ਨੇ ਤੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਦਾ ਸਵਾਗਤ ਕਰਨ ਨਹੀਂ ਆਇਆ। ਇਸ ਦੇ ਜਿੱਥੇ ਸਾਨੂੰ ਬਹੁਤ ਖੁਸ਼ੀ ਹੈ, ਬਹੁਤ ਮਾਣ ਇੱਕ ਸਾਫ਼ਸੂਰ ਸਿੱਖ ਦੇ, ਕੈਨੇਡਾ ਵਰਗੇ ਮੁਲਕ ਦੇ ਵਿੱਚ ਡਿਫੈਂਸ ਮਿਨਿਸਟਰ ਨੇ ਉਹ, ਪਰ ਜਿੱਥੇ ਸਾਨੂੰ ਦੁੱਖ ਲੱਗਾ ਕਿ ਅੰਮ੍ਰਿਤਸਰ ਦੀ ਉਹਨਾਂ ਦੀ ਆਮਦ ਉੱਤੇ ਪੰਜਾਬ ਦੀ ਸਰਕਾਰ ਵੱਲੋਂ ਇੱਕ ਵੀ ਉਹਨਾਂ ਦੀ ਜੀ ਆਇਆਂ ਆਖਣ ਲਈ ਕਿਤੇ ਵੀ ਅੰਮ੍ਰਿਤਸਰ ਦੇ ਵਿੱਚ ਕੋਈ ਬੋਰਡ ਨਹੀਂ ਵੇਖਣ ਲਈ ਲਾਇਆ ਗਿਆ। ਜਦੋਂ ਕਿ ਇੱਥੇ ਕਿਸੇ ਵੀ ਵਿਦੇਸ਼ ਮੰਤਰੀ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਮਿਨਿਸਟਰ ਬਣਦਾ ਤੇ ਅੰਮ੍ਰਿਤਸਰ ਦਾ ਸਾਰੇ ਨੂੰ ਬੋਰਡਾਂ ਦੇ ਨਾਲ ਰੰਗ ਦਿੱਤਾ। ਹਰਜੀਤ ਸਿੰਘ ਸੱਜਣ ਆਪਣੇ 7 ਦਿਨਾਂ ਦੇ ਦੌਰੇ ਤੇ ਭਾਰਤ ਆਏ ਹੋਏ ਨੇ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਤੇ ਖਾਲਿਸਤਾਨ ਦਾ ਸਮਰਥਕ ਹੋਣ ਦਾ ਇਲਜ਼ਾਮ ਲਗਾ ਕੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦਾ ਕਾਫੀ ਵਿਰੋਧ ਹੋ ਰਿਹਾ। ਅੰਮ੍ਰਿਤਸਰ ਤੋਂ ਰਾਜਨ ਗੁਸਾਈ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ।